ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 8 ਦੇ ਕਰੀਬ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਹੋਂਡਾ ਸਿਟੀ ਕਾਰ ਜਦੋਂ ਪੈਟਰੋਲ ਪਵਾਉਣ ਦੇ ਲਈ ਮੁੜਨ ਲੱਗੀ ਤਾਂ ਪਿੱਛੋਂ ਦੀ ਆ ਰਹੀ ਇੱਕ ਕਾਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਲਾਂਕਿ ਟੱਕਰ ਇੰਨੀ ਭਿਆਨਕ ਸੀ ਕਿ ਹੋਂਡਾ ਸਿਟੀ ਕਾਰ ਦਾ ਪਿਛਲਾ ਹਿੱਸਾ ਕਿਹਾ ਜਾ ਰਿਹਾ ਕਿ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ। ਹਾਲਾਂਕਿ ਇਹੀ ਨਹੀਂ, ਜਿਸਨੇ ਪਿੱਛੋਂ ਟੱਕਰ ਮਾਰੀ ਉਸਦੀ ਸਾਹਮਣੇ ਤੋਂ ਆ ਰਹੀ ਇੱਕ ਸਵਿਫਟ ਕਾਰ ਦੇ ਨਾਲ ਵੀ ਜ਼ੋਰਦਾਰ ਟੱਕਰ ਹੋਈ, ਜਿਸ ਦੇ ਵਿੱਚ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਿਹਾ ਜਾ ਰਿਹਾ ਕਿ ਉਸ ਕਾਰ ਦੇ ਵਿੱਚ ਸਵਾਰ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਸੀਸੀਟੀਵੀ ਦੇ ਵਿੱਚ ਕੈਦ ਹੋਇਆ ਇਹ ਸਾਰਾ ਸੜਕ ਹਾਦਸਾ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸਫੇਦ ਰੰਗ ਦੀ ਕਾਰ ਆ ਕੇ ਪੈਟਰੋਲ ਪੰਪ ਦੇ ਸਾਹਮਣੇ ਰੁਕਦੀ ਹੈ ਅਤੇ ਜਿਵੇਂ ਹੀ ਮੁੜਨ ਲੱਗਦੀ ਹੈ ਤਾਂ ਪਿੱਛੋਂ ਦੀ ਆ ਰਹੀ ਇੱਕ ਕਾਰ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ। ਹਾਲਾਂਕਿ ਜਦੋਂ ਉਹ ਅੱਗੇ ਜਾਂਦੇ ਨੇ ਦੋਹੇ ਵਾਹਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਸਵਿਫਟ ਕਾਰ ਵੀ ਇਹਨਾਂ ਦੇ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਲੋਕ ਇਕੱਠੇ ਹੁੰਦੇ ਨੇ ਅਤੇ ਕਾਰ ਦੇ ਵਿੱਚ ਸਵਾਰ ਲੋਕਾਂ ਨੂੰ ਕੜੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਜਾਂਦਾ ਹੈ, ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਦੂਜੇ ਪਾਸੇ ਹੁਣ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕਿਸਦੀ ਗਲਤੀ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਵੀਰੇ ਲਹਿਰੇ ਲਵੇ ਪੰਪ ਹੈ, ਮੈਂ ਆਪਣੀ ਗੱਡੀ 'ਚ ਤੇਲ ਪਵਾਉਣਾ ਸੀ, ਮੈਂ ਆਪਣਾ ਇੰਡੀਕੇਟਰ ਛੱਡ ਕੇ ਗੱਡੀ ਕਰੋਸਿੰਗ ਦੇਖ ਰਿਹਾ ਸੀ, ਮੈਂ ਲੰਘ ਜਾਣ ਦੇ ਉਦੋਂ ਬਾਅਦ ਮੈਂ ਆਪਣੀ ਗੱਡੀ ਮੋੜੂੰਗਾ, ਪਰ ਮਗਰੋਂ ਜਿਹੜੀ ਗੱਡੀ ਆ ਰਹੀ ਸੀ ਬਹੁਤ ਤੇਜ਼, ਉਹਨੇ ਲਿਆ ਕੇ ਪਹਿਲਾਂ ਤਾਂ ਮੇਰੀ ਗੱਡੀ 'ਚ ਮਗਰਲੀ ਸਾਈਡ ਮਾਰੀ, ਉਦੋਂ ਬਾਅਦ ਜਿਹੜੀ ਮੂਹਰੋਂ ਸਿਫਟ ਆ ਰਹੀ ਸੀ ਉਹਦੇ ਨਾਲ ਜਾ ਟਕਰਾਈ ਗੱਡੀ। ਕਿੰਨੀਆਂ ਗੱਡੀਆਂ ਦਾ ਟਕਰਾ ਹੋਇਆ? 3 ਗੱਡੀਆਂ। ਕਿੰਨਾ ਸਾਹਿਬ ਜੀ ਕੋ ਕਿੰਨਾ ਕੁ ਨੁਕਸਾਨ ਹੋਇਆ? ਬਾਬਾ ਨੁਕਸਾਨ ਹੈ ਵੀਰੇ, ਸਿਫਟ ਗੱਡੀ ਵਾਲਿਆਂ ਦੇ ਬਾਬਾ ਸੱਟਾਂ ਨੇ ਵਿਚਾਰਿਆਂ ਦੇ। ਇਹ ਆਪਣਾ ਇੱਥੇ ਮਾਰਬਲ ਸਟੋਰ ਹੈ ਸੁਨਾਮ ਰੋਡ 'ਤੇ, ਮੈਂ ਬਾਹਰ ਹੀ ਖੜਿਆ ਸੀ, 3 ਗੱਡੀਆਂ ਦਾ ਭਿਅੰਕਰ ਐਕਸੀਡੈਂਟ ਹੋਇਆ ਅਤੇ ਅਸੀਂ ਬੰਦੇ ਜਾ ਕੇ ਕੱਢੇ ਨੇ ਅਤੇ ਬੰਦੇ ਸਹੀ ਨੇ, ਹੌਸਪੀਟਲ ਅਸੀਂ ਛੱਡ ਗਏ ਹਾਂ। ਕਿਹੜੇ ਰੋਡ 'ਤੇ ਹਾਦਸਾ ਆਇਆ ਅਤੇ ਕਿਵੇਂ ਜਿਹੜਾ ਨੁਕਸਾਨ ਹੋਇਆ? ਸੁਨਾਮ ਤੋਂ ਜਾਖਲ ਰੋਡ 'ਤੇ ਹੋਇਆ ਅਤੇ ਇੱਕ ਗੱਡੀ ਸਾਹਮਣੇ ਤੋਂ ਆ ਰਹੀ ਸੀ, 2 ਗੱਡੀਆਂ ਜਾਖਲ ਵੱਲ ਜਾ ਰਹੀ ਸੀਆਂ, ਦੋਨੋਂ ਗੱਡੀਆਂ ਦੀ ਜਾਖਲ ਜਿਹੜੀ ਜਾਖਲ ਵੱਲ ਜਾ ਰਹੀ ਸੀ ਉਹ ਮਗਰਲੀ ਗੱਡੀ ਅਗਲੀ ਗੱਡੀ 'ਚ ਵੱਜੀ ਅਤੇ ਜਿਹੜੀ ਸਾਹਮਣੇ ਗੱਡੀ ਆ ਰਹੀ ਸੀ ਮਗਰਲੀ ਗੱਡੀ ਉਹ ਸਾਹਮਣੇ ਵਾਲੀ ਗੱਡੀ 'ਚ ਵੀ ਵੱਜੀ ਜਾ ਕੇ। ਕਿੰਨੇ ਕੁ ਬੰਦੇ ਜ਼ਖਮੀ ਹੋਏ ਅਤੇ ਕਿੱਥੇ ਉਹਨਾਂ ਨੂੰ? ਸਵਿਫਟ ਗੱਡੀ ਵਾਲੇ ਲਗਭਗ 5-6 ਬੰਦੇ ਜ਼ਖਮੀ ਨੇ, ਨੋਰਮਲ ਸੱਟਾਂ ਨੇ ਅਤੇ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਔਰਤ ਸੀ ਇੱਕ, ਉਹਦੇ ਲੱਤ ਦੇ ਫੈਕਚਰ ਹੈ। ਇੱਥੇ ਜੀ 3 ਗੱਡੀਆਂ ਦਾ ਐਕਸੀਡੈਂਟ ਹੋਇਆ ਜੀ, ਹੁਣ ਇੱਥੇ ਪਹੁੰਚਣ ਤੋਂ ਪਤਾ ਲੱਗਿਆ, ਫੋਨ ਆਇਆ ਸੀ, 2 ਗੱਡੀਆਂ ਸੁਨਾਮ ਸਾਈਡ ਤੋਂ ਆ ਰਹੀਆਂ ਸੀ, ਇੱਕ ਗੱਡੀ ਸਾਈਡ 'ਤੇ ਰੁਕੀ ਹੋਈ ਸੀ, ਜੋ ਟਰੈਕਸ ਗੱਡੀ ਹੈ ਉਹਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪਹਿਲਾਂ ਅੱਗੇ ਆਉਂਦੀ ਗੱਡੀ ਦੇ ਪਿੱਛੇ ਮਾਰੀ, ਫਿਰ ਸਾਹਮਣੇ ਤੋਂ ਜਿਹੜੀ ਗੱਡੀ ਆ ਰਹੀ ਸੀ ਉਹਦੇ 'ਚ ਲੱਗੀ ਅਤੇ ਕਾਫੀ 7-8 ਬੰਦੇ ਇੰਜਰਡ ਨੇ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲੈ ਗਏ ਸੀ, ਜਿੱਥੋਂ ਅੱਗੇ ਸੰਗਰੂਰ ਦਾ ਰੈਫਰ ਕਰ ਦਿੱਤਾ ਹੈ। ਜਾਂਚ ਜਾਰੀ ਹੈ, ਜੈਸੀ ਸੂਰਤ ਹੋਏਗੀ ਕਾਰਵਾਈ ਕੀਤੀ ਜਾਵੇਗੀ।